विधानसभा हलका फगवाड़ा तो संयुक्त समाज मोर्चा इन्हीं दिनें पिंडां अते शहरां विच पूरी तरह नाल सरगर्म हो चुका है। जिथे लोग रवायती पार्टियां नूं हुंगारा दे रहे हन, उथे मोर्चे नूं भी भरमा हुंगारा मिलिया है। संयुक्त समाज मोर्चे दे उम्मीदवार चौधरी खुशी राम दी नेक दिली नूं देखते हुए बहुत सारी यूथ वर्करां दा समर्थन मिलिया। मीडिया नाल गलबात सांझी करदिआं चौधरी खुशी राम ने कहा कि संयुक्त किसान मोर्चा किसानी संघर्ष चों निकलिया होया मोर्चा है। उन्होंने कहा कि पिछले 70 साल तो रवायती पार्टियां जनता नूं लुट रही हैं। असी पंजाब दे हर माफिया राज नूं खत्म करना चाहते हाँ। असी बेरोजगार नौजवानों लई रुजगार के साधन पैदा करना चाहते हाँ। चौधरी खुशी राम ने कहा कि 20 फरवरी नूं एक एक वोट चोन निशान मंजे ते पाई जाए। खुशी राम आयोग जो कि संयुक्त समाज मोर्चा विधानसभा हलका फगवाड़ा तो चोन लड़ रहा अज ਵੱਖ ਵੱਖ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਹੈਗੇ ਆ ਮੈਨੂੰ ਆ ਕੇ ਮਿਲੇ। ਉਹਨਾਂ ਨੇ ਆਪਣਾ ਸਹਿਯੋਗ ਸੰਯੁਕਤ ਸਮਾਜ ਮੋਰਚਾ ਨੂੰ ਦਿੱਤਾ ਹੈ। ਉਹਨਾਂ ਨੇ ਗੱਲਬਾਤ ਦੌਰਾਨ ਉਹਨਾਂ ਨੂੰ ਦੱਸਿਆ ਕਿ ਸੰਯੁਕਤ ਸਮਾਜ ਮੋਰਚਾ ਜਿਹੜਾ ਹੈ ਉਹ ਕਿਸਾਨ ਸੰਘਰਸ਼ 'ਚੋਂ ਨਿਕਲਿਆ ਹੋਇਆ ਮੋਰਚਾ ਹੈ। ਕਿਸਾਨ ਸੰਘਰਸ਼ ਦੇ ਵਿੱਚ 700 ਦੇ ਕਰੀਬ ਜਾਨਾਂ ਗਈਆਂ ਅਤੇ ਉੱਥੇ ਬਜ਼ੁਰਗ ਔਰਤਾਂ ਬੱਚੇ ਸਾਡੇ ਨੌਜਵਾਨ 380 ਦਿਨ ਸੰਘਰਸ਼ 'ਚ ਲੜਦੇ ਰਹੇ ਜੀ। ਤੋ ਅਸੀਂ ਜਿਹੜਾ ਹੈਗਾ ਪੰਜਾਬ ਵਿੱਚ ਬਦਲਾਉ ਚਾਹੁੰਦੇ ਹੈਗੇ ਹਾਂ, ਸਮਾਜਿਕ ਅਤੇ ਆਰਥਿਕ ਬਦਲਾਉ। ਲੋਕਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਨੇ ਉਹ ਦੂਰ ਕਰਨਾ ਚਾਹੁੰਦੇ ਹਾਂ। ਇਹ ਰਵਾਇਤੀ ਪਾਰਟੀਆਂ ਜਿਹੜੀਆਂ 70 ਸਾਲ ਤੋਂ ਦੇਸ਼ ਇਲਾਜ ਕਰ ਰਹੀਆਂ ਨੇ, ਇਹਨਾਂ ਨੇ ਦੇਸ਼ ਨੂੰ ਪੰਜਾਬ ਨੂੰ ਲੁੱਟਣ ਤੋਂ ਇਲਾਵਾ ਕੱਖ ਨਹੀਂ ਕੀਤਾ। ਰੇਤਾ ਬਜਰੀ ਟਰਾਂਸਪੋਰਟ ਕੇਵਲ ਆਦਿ ਦਾ ਮਾਫੀਆ ਜਿਹੜਾ ਚੱਲ ਰਿਹਾ ਹੈ ਉਹਨੂੰ ਅਸੀਂ ਪਹਿਲਾਂ ਖਤਮ ਕਰਾਂਗੇ ਅਤੇ ਜੇ ਆਪਣੇ ਪੰਜਾਬ ਦੀ ਜਿਹੜੀ ਹੈ ਆਮਦਨ ਦੇ ਸਰੋਤ ਜਿਹੜੇ ਹੈਗੇ ਆ ਉਹ ਵਧਾਵਾਂਗੇ। ਜੋ 3 ਲੱਖ ਦਾ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਿਵਲਾਂ ਲੋਕਾਂ ਨੇ ਚਾੜਿਆ ਹੈਗਾ ਜੀ, ਉਹ ਇੱਕ ਅਨਫਾਰਚੁਨੇਟ ਗੱਲ ਹੈਗੀ ਹੈ। ਕਦੇ ਹੀ ਪੰਜਾਬ ਤਰੱਕੀ ਨਹੀਂ ਕਰ ਰਿਹਾ, ਇਸ ਕਰਕੇ ਸਰੋਤ ਵਧਾਵਾਂਗੇ। ਜੇ ਲੋਕਾਂ ਨੂੰ ਪੜ੍ਹਨੀਆਂ ਸਹੂਲਤਾਂ ਜਿਵੇਂ ਕਿ ਸਿਹਤ ਸੇਵਾਵਾਂ, ਆਪਣੀ ਵਿੱਦਿਆ ਉੱਚੀ ਅਤੇ ਮਿਆਰੀ ਵਿੱਦਿਆ ਇੱਕ ਸਮਾਨ ਵਿੱਦਿਆ ਦੇਵਾਂਗੇ, ਅਤੇ ਨਾਲ ਹੀ ਜਿਹੜਾ ਹੈਗਾ ਅਨਇੰਪਲਾਇਡ ਜਿਹੜੀ ਯੂਥ ਨੇ ਉਹਨਾਂ ਨੂੰ ਰੁਜ਼ਗਾਰ ਦੇ ਸਾਧਨ ਆਪਣੇ ਮੁਹੱਈਆ ਕਰਾਵਾਂਗੇ, ਉਦਯੋਗ ਲਗਾਵਾਂਗੇ। ਜਿਹੜੀਆਂ ਨੌਕਰੀਆਂ ਹੈਗੀਆਂ ਸਰਕਾਰੀ ਉਹਨਾਂ ਨੂੰ ਵੀ ਸਾਰੀ ਖਾਲੀ ਪੋਸਟਾਂ ਨੂੰ ਜਲਦੀ ਭਰਾਂਗੇ, ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਕਰਾਂਗੇ। ਜੋ ਇੰਪਲਾਈਜ਼ ਹੈਗੇ ਨੇ 2005 ਤੋਂ ਬਾਅਦ ਆਏ ਨੇ ਉਹਨਾਂ ਨੂੰ ਪਹਿਲੀ ਵਾਲੀ ਪੈਨਸ਼ਨ ਜਿਹੜੀ ਹੈ ਰਿਸਟੋਰ ਕਰਾਂਗੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜਾ ਹੈਗਾ ਸਮੇਂ ਸਿਰ ਦੇਵਾਂਗੇ ਤਾਂ ਕਿ STBC ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਦਾਖਲਾ ਲੈਣ ਦੇ ਵਿੱਚ ਅਤੇ ਸਰਟੀਫਿਕੇਟ ਲੈਣ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਜਿਹੜੀ ਹੈ। ਤੋ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈਗਾ ਯੂਥ ਜਿਹੜਾ ਹੈਗਾ ਅੱਜ ਮੇਰੇ ਕੋਲ ਆਇਆ ਉਹਨੇ ਵਿਸ਼ਵਾਸ ਦਿਲਾਇਆ ਹੈਗਾ ਕਿ ਉਹ ਡਟ ਕੇ ਸੰਯੁਕਤ ਸਮਾਜ ਮੋਰਚਾ ਦਾ ਸਾਥ ਦੇਣਗੇ ਅਤੇ ਸੰਯੁਕਤ ਸਮਾਜ ਮੋਰਚਾ ਯਾਨੀ ਕਿ ਮੈਨੂੰ ਆਪਣੀ ਜਿਹੜੀ ਹੈਗੀ ਹੈ ਵੋਟ ਦੇ ਕੇ ਕਾਮਯਾਬ ਕਰਨਗੇ। ਤੋ ਮੈਂ ਅਪੀਲ ਕਰਦਾ ਹਾਂ ਕਿ ਫਗਵਾੜਾ ਤੋਂ ਮੈਨੂੰ ਜਿਹੜਾ ਹੈਗਾ ਆਪਣਾ ਕੀਮਤੀ ਵੋਟ ਦੇ ਕੇ ਕਾਮਯਾਬ ਕਰੋ ਅਤੇ ਇਸ ਵਾਰ ਜਿਹੜਾ ਹੈਗਾ ਬਟਨ ਜਿਹੜਾ ਹੈਗਾ ਉਹ ਮੰਜੇ 'ਤੇ ਦਬਾ ਕੇ ਮੰਜੇ ਨੂੰ ਵੋਟ ਪਾ ਕੇ ਸਾਨੂੰ ਜਿਹੜਾ ਕਾਮਯਾਬ ਕਰੋ। ਅਸੀਂ ਭਰੋਸਾ ਦਿਲਾਉਂਦੇ ਹਾਂ ਕਿ ਅਸੀਂ ਤੁਹਾਡੀਆਂ ਸਾਰੀਆਂ ਉਮੀਦਾਂ 'ਤੇ ਪੂਰੇ ਉਤਰਾਂਗੇ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।